ਸੋ ਸਾਧ ਸੰਗਤ ਤਾਂ ਹੀ ਮਹਾਰਾਜ ਨੇ ਧਰਤੀ ਨੂੰ ਮਾਂ ਦਾ ਰੁਤਬਾ ਦਿੱਤਾ। ਪਾਣੀ ਸਾਡੇ ਕੋਲੋਂ ਕੀ ਲੈਂਦਾ? ਕਦੇ ਪਰਮੇਸ਼ਰ ਦਾ ਪਾਣੀ ਸਾਡੇ ਕੋਲੋਂ ਮੁੱਲ ਥੋੜ੍ਹੋ ਵਸੂਲਦਾ, ਸਾਡੀ ਪਿਆਸ ਬੁਝਾਉਂਦਾ, ਸਾਡੀਆਂ ਲੋੜਾਂ ਪੂਰੀਆਂ ਕਰਦਾ, ਸਾਡੇ 'ਤੇ ਕਿੰਨਾ ਪਰਉਪਕਾਰ। ਇੱਕ ਇੱਕ ਚੀਜ਼ ਬਨਸਪਤੀ ਦੀ, ਕੁਦਰਤ ਦੀ ਵੇਖ ਲਓ, ਹਰ ਵਸਤੂ ਵਾਹਿਗੁਰੂ ਪਰਮੇਸ਼ਰ ਦੀ ਜੋ ਵੀ ਬਣਾਈ ਹੈ ਉਹ ਸਾਡੇ 'ਤੇ ਪਰਉਪਕਾਰ ਕਰ ਰਹੀ ਹੈ। ਹੱਥ ਪਰਮੇਸ਼ਰ ਨੇ ਦਿੱਤੇ, ਪੈਰ ਦਿੱਤੇ, ਦਿਲ ਦਿਮਾਗ ਸੋਝੀ ਦਿੱਤੀ, ਬੁੱਧੀ ਦਿੱਤੀ, ਇੰਨਾ ਕੁਝ ਲੈ ਕੇ ਫਿਰ ਜੇ ਅਸੀਂ ਪਰਉਪਕਾਰੀ ਨਹੀਂ, ਫਿਰ ਤਾਂ ਸਾਧ ਸੰਗਤ ਜੀ ਸਾਨੂੰ ਮਨੁੱਖ ਖਵਾਉਣ ਦਾ ਵੀ ਹੱਕ ਨਹੀਂ। ਅਸੀਂ ਦਸਾਂ ਨੌਂ ਦੀ ਕਿਰਤ ਆਪ ਖਾਣ ਵਾਸਤੇ ਥੋੜ੍ਹੋ ਕਮਾਈ ਹੈ। ਆਪਾਂ ਤਾਂ ਆਪਣੀ ਲੋੜ ਪੂਰੀ ਕਰਨੀ ਹੈ, ਬਾਕੀ ਦੀ ਤਾਂ ਆਪਣਾ ਫਰਜ਼ ਹੈ ਵੀ ਭੁੱਖਿਆਂ ਨੂੰ ਲੰਗਰ ਛਕਾਓ, ਨੰਗਿਆਂ ਨੂੰ ਬਸਤਰ ਦਿਓ, ਗੁਰੂ ਘਰ ਦੀਆਂ ਸੇਵਾਵਾਂ ਵਿੱਚ ਆਪਣੀ ਮਾਇਆ ਸਫਲੀ ਕਰੋ, ਲੋੜਵੰਦਾਂ ਦੀ ਸੇਵਾ ਕਰੋ, ਜੇਲ੍ਹਾਂ ਵਿੱਚ ਜਿਹੜੇ ਸਿੰਘ ਬੈਠੇ ਆ ਉਹਨਾਂ ਦੀ ਸੇਵਾ ਕਰੋ, ਸ਼ਹੀਦ ਪਰਿਵਾਰਾਂ ਦੀ ਸੇਵਾ ਕਰੋ, ਜਿੰਨੀ ਵੀ ਹੋ ਸਕਦੀ ਹੈ ਥੋੜ੍ਹੀ ਥੋੜ੍ਹੀ ਕਰਕੇ ਸਾਰੇ ਵੱਧ ਚੜ੍ਹ ਕੇ ਆਪਾਂ ਸੇਵਾ ਕਰੋ। ਸਾਧ ਸੰਗਤ ਜੀ, ਜਿਹੜੇ ਘਰ ਵਿੱਚੋਂ ਗੁਰੂ ਦੇ ਨਿਮਿੱਤ ਐਸੀਆਂ ਸੇਵਾਵਾਂ ਹੁੰਦੀਆਂ ਨਾ, ਉਹਨਾਂ ਘਰਾਂ ਵਿੱਚ ਕੋਈ ਕਮੀ ਨਹੀਂ ਪਰਮੇਸ਼ਰ ਰਹਿਣ ਦਿੰਦਾ। ਜੇ ਗਰੀਬੀਆਂ ਹੋਣ ਵੀ ਤਾਂ ਵੀ ਕੱਟ ਦਿੰਦਾ ਮਹਾਰਾਜ। ਜਿਨ੍ਹਾਂ ਦੇ ਘਰਾਂ ਵਿੱਚੋਂ ਸਾਧ ਸੰਗਤ ਜੀ ਐਸੀਆਂ ਸੇਵਾਵਾਂ ਚੱਲਦੀਆਂ, ਸੇਵਾਵਾਂ ਦੇ ਪ੍ਰਵਾਹ ਚੱਲਦੇ ਆ, ਉਹਨਾਂ ਘਰਾਂ ਵਿੱਚ ਸੁੱਖ ਸ਼ਾਂਤੀ ਆ ਕੇ ਡੇਰੇ ਲਾ ਲੈਂਦੀ ਆ, ਉਹਨਾਂ ਘਰਾਂ ਵਿੱਚ ਨੌ ਨਿਧੀਆਂ ਆ ਕੇ ਵਸ ਜਾਂਦੀਆਂ, ਮਹਾਰਾਜ ਹੌਲੀ ਹੌਲੀ ਸਾਰੀ ਉਹਨਾਂ ਦੇ ਉੱਤੇ ਕਿਰਪਾ ਕਰ ਦਿੰਦੇ ਹੈ। ਇਸ ਲਈ ਆਪਾਂ ਨੂੰ ਦਸਾਂ ਨੌ ਦੀ ਕਿਰਤ ਕਰਕੇ ਸੇਵਾਵਾਂ ਕਰਨੀਆਂ, ਬਾਣੀ ਪੜ੍ਹਨੀ, ਰਹਿਤ ਕਮਾਉਣੀ, ਸਤ ਸੰਗਤ ਜ਼ਰੂਰ ਪਰ ਜ਼ਰੂਰ ਕਰਨੀ। ਜੇ ਇਸ ਤਰ੍ਹਾਂ ਸਾਰਾ ਕੁਝ ਕਰਾਂਗੇ ਕਮਾਵਾਂਗੇ। ਦੇਖੋ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ, ਸੰਤ ਬਾਬਾ ਠਾਕਰ ਸਿੰਘ ਜੀ, ਇਹ ਮਹਾਂਪੁਰਖਾਂ ਦੇ ਜੀਵਨ ਕਿੰਨੇ ਬਾ ਕਮਾਲ ਸਨ। ਸੰਗਤ ਹੀ ਉਹਨਾਂ ਨੂੰ ਮਾਇਆ ਦਿੰਦੀ, ਸੰਗਤ ਹੀ ਪਦਾਰਥ ਚੜ੍ਹਾਉਂਦੀ, ਫਿਰ ਉਹਨਾਂ ਮਹਾਂਪੁਰਖਾਂ ਨੇ ਵੇਖਣਾ ਕਿ ਸਾਲ ਦਾ ਕਿੰਨਾ ਦਸਵੰਧ ਬਣਿਆ। ਵੱਡੇ ਮਹਾਂਪੁਰਸ਼ਾਂ ਨੇ ਉਹ ਦਸਵੰਧ ਵੀ ਸੰਗਤ ਦੇ ਦਿੱਤੇ ਵਿੱਚੋਂ ਵੀ, ਸੰਗਤ ਦੀ ਸਾਰੀ ਮਾਇਆ ਲਾ ਦੇਣੀ, ਸਿੰਘਾਂ 'ਤੇ, ਸੰਗਤ ਦੇ ਉੱਤੇ, ਲੰਗਰਾਂ 'ਤੇ, ਵਸਤਰਾਂ 'ਤੇ, ਲੋੜਾਂ 'ਤੇ, ਫਿਰ ਉਹਦੇ ਵਿੱਚੋਂ ਹਰਿਮੰਦਰ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਕਰਾ ਦੇਣੀ। ਆਪਣੇ ਸਮੇਂ ਵਿੱਚੋਂ 50-50 ਹਜ਼ਾਰ ਦੀ ਦੇਗ ਕਰਾਉਂਦੇ ਰਹੇ, ਉਦੋਂ 50-50 ਹਜ਼ਾਰ ਰੁਪਈਆ 50-50 ਲੱਖ ਵਰਗਾ ਕਰੋੜ ਵਰਗੀ ਕੀਮਤ ਸੀ। ਜਦੋਂ ਕਹਿੰਦੇ ਸੰਤਾਂ ਨੇ ਹਰਿਮੰਦਰ ਸਾਹਿਬ ਦੇਗ ਖੁੱਲ੍ਹੀ ਕਰਾ ਦੇਣੀ, ਅਤੇ ਦੋਨੋਂ ਹੱਥਾਂ ਵਿੱਚ ਭਰ ਭਰ ਕੇ ਬੁੱਕ ਸਿੰਘਾਂ ਸੇਵਾਦਾਰਾਂ ਨੇ ਸੰਗਤ ਨੂੰ ਵਰਤਾਉਣੇ, ਅਤੇ ਸੰਗਤਾਂ ਰੱਜ ਰੱਜ ਕੇ ਤ੍ਰਿਪਤ ਹੁੰਦੀਆਂ ਸਨ। ਇੱਕ ਇਹ ਪ੍ਰਚਲਿਤ ਸੀ ਵਿਚਾਰ ਕਿ ਅੱਜ ਭਿੰਡਰਾਂ ਵਾਲੇ ਸੰਤਾਂ ਵੱਲੋਂ ਹਰਿਮੰਦਰ ਸਾਹਿਬ ਦੇਗ ਹੋਣੀ ਹੈ, ਉਚੇਚੀਆਂ ਸੰਗਤਾਂ ਨੇ ਆ ਕੇ ਦੇਗ ਦੇ ਗੱਫੇ ਲੈਣੇ, ਹਰਿਮੰਦਰ ਸਾਹਿਬ ਸੇਵਾ ਵਿੱਚ ਮਾਇਆ ਖਰਚ ਦੇਣੀ, 5 ਤਖਤਾਂ 'ਤੇ ਮਾਇਆ ਲਾ ਦੇਣੀ, ਯਾਤਰਾਵਾਂ 'ਤੇ ਮਾਇਆ ਲਵਾ ਦੇਣੀ, ਲੰਗਰ ਚਲਾ ਦੇਣੇ। ਕਈ ਵਾਰੀ ਪੁਰਾਣੇ ਸਿੰਘ ਬਚਨ ਦੱਸਦੇ, ਬਾਬਾ ਜੀ ਵੀ ਦੱਸਦੇ ਸੀ, ਇੱਕ ਵਾਰੀ ਮਹਾਂਪੁਰਸ਼ਾਂ ਕੋਲ ਮਾਇਆ ਨਾ, ਜਥੇ ਵਿੱਚ ਕੁਝ ਸਿੰਘ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਇੱਛਾ ਹੀ ਕਰਦੇ ਸਨ। ਸੰਤਾਂ ਨੇ ਸਿੰਘਾਂ ਨੂੰ ਬੁਲਾਇਆ, ਕਿਸੇ ਕੋਲੋਂ 5 ਰੁਪਏ, ਕਿਸੇ ਕੋਲੋਂ 10 ਰੁਪਏ, ਕਿਸੇ ਕੋਲੋਂ 2 ਰੁਪਏ ਲੈ ਕੇ ਮਾਇਆ ਇਕੱਠੀ ਕਰ ਲਈ। ਕਹਿੰਦੇ ਭਾਈ ਉਧਾਰ ਹੈ,
ਆ 40 ਸਿੰਘ ਜਾਓ ਹਜ਼ੂਰ ਸਾਹਿਬ ਯਾਤਰਾ ਕਰਕੇ ਆਓ, ਦਰਸ਼ਨ ਕਰਕੇ ਆਓ, ਨਾਲੇ ਦੇਖ ਕਰਾ ਕੇ ਆਓ। ਜਿਨ੍ਹਾਂ ਤੋਂ ਉਧਾਰ ਫੜੀ ਹੋਣੀ ਉਹਨਾਂ ਨੂੰ ਫਿਰ ਸਮੇਂ ਅਨੁਸਾਰ ਜਦੋਂ ਸੰਗਤ ਵਿੱਚੋਂ ਮਾਇਆ ਆਉਣੀ ਵਾਪਸ ਦੇ ਦੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਉਹਨਾਂ ਦੀ ਗਾਥਾ, ਸਾਧ ਸੰਗਤ ਜੀ ਅੰਮ੍ਰਿਤਸਰ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਮਿਲਣ ਵਾਸਤੇ ਗਏ, ਬਹੁਤ ਸਤਿਕਾਰ ਕੀਤਾ ਸੰਤਾਂ ਨੂੰ। ਸੰਤ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਸੌਣ ਦੇ ਦਿਨ ਚੱਲ ਰਹੇ ਹੈ, ਅੰਬ ਜ਼ਰੂਰ ਮੇਰੇ ਵੱਲੋਂ ਲੈ ਕੇ ਜਾਓ, ਸਾਰੇ ਜਥੇ ਨੂੰ ਅੰਬ ਛਕਾਇਓ। ਬਾਬਾ ਜੀ ਕਹਿੰਦੇ ਕਿੰਨੇ ਕੁ ਲੈ ਕੇ ਜਾਈਏ? ਕਹਿੰਦੇ ਜੀ ਬੋਰੀਆਂ ਭਰ ਕੇ ਲੈ ਕੇ ਜਾਓ ਅਤੇ ਖੁੱਲ੍ਹੇ ਸੰਗਤ ਨੂੰ ਲੰਗਰ ਵਿੱਚ ਵਰਤਾਇਓ, ਇਹ ਮੇਰੇ ਵੱਲੋਂ ਸੇਵਾ ਜ਼ਰੂਰ ਕਰਿਓ। ਮਹਾਂਪੁਰਖਾਂ ਨੇ ਮਾਇਆ ਦਿੱਤੀ ਅਤੇ ਸਾਧ ਸੰਗਤ ਜੀ ਲੰਗਰ ਦੇ ਵਿੱਚ ਖੁੱਲ੍ਹੇ ਅੰਬਾਂ ਦੀ ਸੇਵਾ। ਜਦੋਂ ਵੀ ਕਦੇ ਲੋੜ ਪੈਣੀ ਮਹਾਂਪੁਰਖਾਂ ਨੇ ਉਹ ਸਿੰਘਾਂ ਦੀ ਸੇਵਾ ਔਰ ਜਥੇ ਸੰਗਤ ਦੀ ਦਰਬਾਰ ਸਾਹਿਬ ਦੇਗ ਦੀ ਸੇਵਾ, ਇਮਾਰਤਾਂ ਵਿੱਚ ਸੇਵਾ, ਜੇ ਕਿਸੇ ਸਥਾਨ ਦੀ ਸੇਵਾ ਆਰੰਭ ਕਰਾਉਣੀ ਤਾਂ ਜੋ ਮਾਇਆ ਕੋਲ ਹੋਣੀ ਸਾਰੀ ਉੱਥੇ ਦੇ ਦੇ। ਐਸਾ ਮਨ ਵਿੱਚ ਪ੍ਰੇਮ, ਐਸੀ ਸ਼ਰਧਾ, ਐਸਾ ਤਿਆਗ, ਐਸਾ ਵੈਰਾਗ, ਸੇਵਾ ਦੇ ਪੂਰਨੇ ਪਾਏ ਇਹਨਾਂ ਸਤਿਪੁਰਸ਼ਾਂ ਨੇ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੂੰ ਜਿਨ੍ਹਾਂ ਘਰ ਦੀ ਜ਼ਮੀਨ ਵਿੱਚੋਂ ਠੇਕਾ ਮਿਲਣਾ, ਕੁਝ ਆਪਣੀ ਸੀ, ਕੁਝ ਉਹਨਾਂ ਦੇ ਤਾਇਆ ਜੀ ਉਹਨਾਂ ਦੇ ਨਾਲ ਲਵਾ ਗਏ ਸਨ। ਘਰਦਿਆਂ ਤੋਂ ਆਪਣੀ ਜ਼ਮੀਨ ਦਾ ਠੇਕਾ ਇੱਕ ਇੱਕ ਪੈਸਾ ਗਿਣ ਕੇ ਲਿਆਉਣਾ ਅਤੇ ਲਿਆ ਕੇ ਉਸ ਠੇਕੇ ਦੀ ਮਾਇਆ ਨਾਲ ਦੋ ਦਿਨ ਲੰਗਰ ਚੱਲੇ, ਤਿੰਨ ਦਿਨ ਚੱਲੇ, ਸੰਗਤ ਨੂੰ ਦੇਸੀ ਘਿਓ ਦੀਆਂ ਮਠਿਆਈਆਂ ਬਣਾ ਕੇ ਲੰਗਰ ਛਕਾਉਣਾ, ਸੇਵਾ ਕਰ ਦੇਣੀ। ਸੋ ਐਸੇ ਜੀਵਨ ਸਤਿਪੁਰਸ਼ਾਂ ਦੇ। ਸਾਧ ਸੰਗਤ ਜੀ ਇਹ ਮਹਾਂਪੁਰਖ ਜਿਹੜੇ ਇਹੋ ਜਿਹੀਆਂ ਘਾਲਣਾ ਘਾਲਦੇ, ਉਹਨਾਂ ਨੂੰ ਲੋੜ ਨਹੀਂ ਹੁੰਦੀ, ਪਰ ਉਹ ਸਾਡੇ ਲਈ ਪੂਰਨੇ ਪਾਉਂਦੇ ਆ ਕਿ ਅਸੀਂ ਵੀ ਉਵੇਂ ਕੁਝ ਨਾ ਕੁਝ ਸੇਵਾ ਕਰ ਸਕੀਏ। ਅੱਜ ਸੰਗਤ ਜੀ ਤੁਹਾਨੂੰ ਨਾਸਤਿਕਤਾ ਦੇ ਵਾਲੇ ਪਾਸੇ ਤੋਰਿਆ ਜਾ ਰਿਹਾ, ਸੇਵਾ ਕਰਨ ਤੋਂ ਤੁਹਾਨੂੰ ਰੋਕਿਆ ਜਾ ਰਿਹਾ, ਨਾਮ ਜਪਣ ਤੋਂ, ਪਰ ਉਪਕਾਰ ਕਰਨ ਤੋਂ, ਮਾਇਆ ਗੁਰੂ ਘਰ ਦੀ ਸੰਗਤ ਦੀ ਪੰਥ ਦੀ ਸੇਵਾ ਵਿੱਚ ਸਫਲ ਕਰਨ ਤੋਂ, ਗੋਲਕ ਵਿੱਚ ਮਾਇਆ ਪਾਉਣ ਤੋਂ, ਇਹ ਤੁਹਾਨੂੰ ਨਾਸਤਿਕ ਬਣਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਕਿ ਸਿੱਖ ਨਾਸਤਿਕ ਬਣ ਜਾਣ, ਸਿੱਖਾਂ ਨੂੰ ਨਾਸਤਿਕ ਬਣਾ ਦਈਏ। ਸਿੱਖਾਂ ਕੋਲ ਗੁਰੂ ਦੀਆਂ ਰਵਾਇਤਾਂ ਦੀ, ਗੁਰੂ ਦੀਆਂ ਸ਼ੁਭ ਸਿੱਖਿਆਵਾਂ ਦੀ, ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਦੀ, ਬਾਣੀ ਸੇਵਾ ਸਿਮਰਨ ਦੀਆਂ ਸ਼ਕਤੀਆਂ, ਇਹਨਾਂ ਤੋਂ ਤੁਹਾਨੂੰ ਖਾਲੀ ਕਰ ਦੇਣਾ ਚਾਹੁੰਦੇ ਆ। ਜੇ ਆਪਾਂ ਇਹਨਾਂ ਨੂੰ ਛੱਡ ਗਏ ਨਾ ਤਾਂ ਅਸੀਂ ਅੱਜ ਵੀ ਨਾ ਰਹੇ, ਕੱਲ੍ਹ ਨੂੰ ਵੀ ਨਾ ਸਾਡੀ ਹੋਂਦ ਰਹੇਗੀ ਇਸ ਸੰਸਾਰ 'ਤੇ। ਇਸ ਕਰਕੇ ਉਹਨਾਂ ਲੋਕਾਂ ਦੇ ਗੁੰਮਰਾਹ ਕੁੰਨ ਪ੍ਰਚਾਰ ਤੋਂ ਬਚੋ। ਆਪਾਂ ਆਪਣਾ ਭਲਾ ਲੋਟਣਾ ਕਿ ਸਾਡਾ ਭਲਾ ਕਿਵੇਂ ਹੋ ਸਕਦਾ, ਅਸੀਂ ਭਾਈ ਦਸਾਂ ਨੌਹਾਂ ਦੀ ਕਿਰਤ ਕਰਕੇ ਸੇਵਾ ਵੀ ਕਰਨੀ, ਆਪਣੀ ਕਮਾਈ ਨੂੰ ਸਫਲ ਕਰੋ, ਨਾਮ ਵੀ ਜਪੋ, ਬਾਣੀ ਵੀ ਪੜ੍ਹੋ, ਸਤਸੰਗਤ ਵੀ ਕਰੋ ਤਾਂ ਕਿ ਸਾਡਾ ਜੀਵਨ ਸਫਲ ਹੋ ਜਾਏ।